ਇਬਾਦਤ ਉਸ ਬੰਦੇ ਦੇ ਮੂੰਹ 'ਤੇ ਮਾਰੀ ਵੈਂਦੀ ਹੈ ਜੇ ਮੰਗਣਾ ਨਾ ਵੀ ਤਾਂ ਝੁਕਿਆ ਕਿਉਂ ਹੈ। ਤੋ ਆਏ ਮੰਗਣ ਵਾਸਤੇ ਉਹ ਸਾਰੇ ਬੰਦੇ ਅਮੀਨ ਆਖੋ, ਅੱਲਾਹ ਕੋਈ ਬਿਮਾਰ ਹੈ ਸਿਹਤ ਯਾਬੀ ਅਤਾ ਫਰਮਾ, ਕੋਈ ਬੇਔਲਾਦ ਹੈ ਤੋ ਮਾਲਿਕ ਔਲਾਦ ਅਤਾ ਫਰਮਾ, ਕੋਈ ਬੇਰੁਜ਼ਗਾਰ ਹੈ ਤੋ ਮਾਲਿਕ ਰੁਜ਼ਗਾਰ ਅਤਾ ਫਰਮਾ, ਇਸ ਕਾਰ ਖੈਰੇ ਜਹ ਜਹ ਹਿੱਸਾ ਗਿੱਧੇ ਸਾਰਾਂ ਦੀ ਤੋਫੀਕਾਤ ਜਲਾਫਾ ਫਰਮਾ। ਬਹੁਤ ਬੜੀ ਦੁਆ ਤੁਹਾਡੇ ਹੱਕ 'ਚ ਕਰ ਰਹੀ ਹਾਂ, ਹਰ ਬੰਦਾ ਅਮੀਨ ਜ਼ਰੂਰ ਆਖੇ। ਅੱਲਾ ਉਸ ਵੇਲੇ ਤੱਕ ਕਹੇ ਮੋਮਿਨ ਕੋ ਮੌਤ ਨਾ ਦੇਵੇਂ ਜਬ ਤੱਕ ਉਹ 14 ਦਾ ਸਵਾਰ ਨਾ ਬਣ ਜਾਵੇ। ਲੱਖਾਂ ਕਰੋੜਾਂ ਦੀ ਹਿੱਕਾ ਦੁਆਏ 12ਵੀਂ ਹੁਜਤ ਦਾ ਜਲ ਜ਼ਹੂਰ ਹੋਵੇ, ਮਾਲਿਕ ਇਸ ਕਾਬਿਲ ਬਣਾਵੇ ਜੋ 12ਵੀਂ ਦੀ ਜ਼ਿਆਰਤ ਤੋਂ ਮੁਸ਼ਰਫ ਹੋ ਸਕੀਏ। ਮੁਕੰਮਲ ਦੁਆ ਤੂੰ ਸਮਰਦੀ ਨਾਲ ਅਮੀਨ ਆਖੀ, ਅਗਰ ਇਸ ਦੁਆ 'ਤੇ ਕਹੇ ਮੋਮਿਨ ਅਮੀਨ ਨਾ ਆਖਾ ਤਾਂ ਮੇਰਾ ਦਿਲ ਦੁੱਖ ਸੀ। ਅੱਲਾਹ ਉਤਨੇ ਤੱਕ ਕਹੇ ਮੋਮਿਨ ਕੋ ਮੌਤ ਨਾ ਦੇਵੇਂ ਜਿਤਨੇ ਤੱਕ ਉਸ ਬੰਦੇ 'ਤੇ 14 ਰਾਜ਼ੀ ਨਾ ਹੋ ਜਾਣ। ਇਬਤਦਾ ਤੋਂ ਗਿਣ ਕੇ ਆਖਰ ਤੱਕ ਐਸੀ ਸਲਵਾਤ ਪੜ੍ਹੋ ਦੁਆਵਾਂ ਕਬੂਲ ਹੋ ਜਾਣ। ਇਹ ਜ਼ਿਆਦਾ ਜ਼ਿਕਰ ਪਾਕ ਸ਼ੁਰੂ ਕਰੀਏ ਜੀ, ਸਾਰਿਆਂ ਦੀ ਮਰਜ਼ੀ, ਤੁਹਾਡਾ ਵੀ ਹੁਕਮ ਹੈ ਜੀ। ਹੁਕਮਈ ਬਰਾਦਰ ਮੋਹਤਰਮ ਭਾਈ ਫਾਰੂਕ ਸ਼ਾਹ ਸਾਹਿਬ ਦਾ ਹਾਜ਼ਰੀ ਹੋ ਗਈ, ਤੁਹਾਡੇ ਚਿਹਰਿਆਂ ਦੀ ਜ਼ਿਆਰਤ ਨਸੀਬ ਹੋ ਗਈ, ਅਤੇ ਨਾ ਮੈਂ ਦਾ ਸਟੇਟ ਸੈਕਟਰੀ ਜਿਹੜਾ ਦੱਸਿਆ ਹੈ ਸੁਣੀ ਬੈਠੇ ਹੋ। ਮੇਰਾ ਨਾਂ ਹੈ ਕਮਰ ਅਬਾਸ ਖਰਲ ਅਤੇ ਕਮਾਲੀਆ ਉਹਨਾਂ ਲਈ ਆ ਚਾਖ ਹੈ, ਅਤੇ ਸਫ਼ਰ ਢੇਰ ਸਾਰਾ ਕੀਤਾ ਜਨਾਬ ਦੀ ਜ਼ਿਆਰਤਾਂ ਵਾਸਤੇ, ਅਤੇ ਆਇਆ ਵੀ ਬਿਲਕੁਲ ਮੈਂ ਪਹਿਲੀ ਦਫ਼ਾ ਹਾਂ। ਅਗਰ ਤੁਹਾਡੀ ਤਵੱਜੋ ਤਬੀਅਤ ਤਹਿਰੋ ਪਕੀਜ਼ਾ ਹੋਵੇ ਤਾਂ ਚੰਦ ਮਿੰਟ ਮੈਂ ਹੀ ਘਰਾਣੇ ਦਾ ਜ਼ਿਕਰ ਕਰਾਂ ਜੀ। ਮੈਂ ਤੁਹਾਡੇ ਮਿਜ਼ਾਜਾਂ ਤੋਂ ਵਾਕਿਫ ਨਹੀਂ ਜੋ ਤੁਸੀਂ ਕਿਹੜੀ ਗੱਲ 'ਤੇ ਬੋਲਿੰਦੇ ਹੋ। ਬਹਾਵਲਪੁਰ ਵਾਲਿਓ ਮਗਰ ਇਤਨਾ ਜਾਣਦਾ ਜੋ ਅਲੀ ਵਾਲਿਆਂ ਦੇ ਮਜਮੇ ਜਿੱਥੇ ਇਮਾਮ ਹਿੱਕ ਹੋਵੇ ਉੱਥੇ ਮਿਜ਼ਾਜ ਵੀ ਹਿੱਕ ਹੀ ਹੋਣ ਸਕਦਾ। ਅਤੇ ਰਾਤ ਦਾ ਟਾਈਮ ਹੈ, ਕੋਈ ਲੰਬੀ ਚੌੜੀ ਮਜਲਿਸ ਪੜ੍ਹਨ ਦੇ ਇਰਾਦੇ ਨਾਲ ਮੈਂ ਨਹੀਂ ਉੱਠਿਆ, ਬਸ ਜਿਹੜਾ ਭਾਈ ਦਾ ਹੁਕਮ ਹੈ, ਭਾਈ ਦੇ ਹੁਕਮ 'ਤੇ ਇੱਕ ਜੁਮਲਾ ਫਜ਼ੀਲਤ ਦਾ, ਉਹਦੇ ਬਾਅਦ ਇੱਕ ਸਤਰ ਮਾਤਮ ਦੀ। ਮਜਲਿਸ 'ਚ ਬੋਲੋ ਤਾਂ ਵੀ ਇਬਾਦਤ ਹੈ, ਮਜਲਿਸ 'ਚ ਨਾ ਬੋਲੋ ਤਾਂ ਵੀ ਇਬਾਦਤ ਹੈ। ਘਰ ਬਾਰ ਛੋੜ ਕੇ ਮਾਵਾਂ ਭੈਣਾਂ ਨਾਲ ਰਲਾ ਕੇ ਮਜਲਿਸ 'ਚ ਇਸ ਮਾਹੌਲ 'ਚ ਆਏ ਬੈਠੇ ਹੋ, ਤੁਹਾਡਾ ਇੱਥੇ ਬਹਿਰਾਣਾ ਅਜ਼ੀਮ ਇਬਾਦਤ ਹੈ। ਮਜਲਿਸ 'ਚ ਬਹਿ ਕੇ ਤੁਸੀਂ ਫਕਤ ਸਾਹ ਗਿਨੋ ਤਾਂ ਵੀ ਇਬਾਦਤ ਹੈ। ਪਹਿਲਾ ਜੁਮਲਾ ਇੱਜ਼ਤ ਆਲੇ ਮੁਹੰਮਦ ਦਾ ਤੁਹਾਡੀ ਝੋਲੀਆਂ ਤੱਕ ਪਹੁੰਚਾਉਣਾ ਚਾਹੁੰਦਾ, ਉਹਦੇ ਪੜ੍ਹਨ ਦੇ ਬਾਅਦ ਹੀ ਪਤਾ ਲੱਗ ਪਏ ਸੀ ਜੋ ਮੈਂਬਰ ਦੀ ਬਾਰਗਾਹ 'ਚ ਕਿਤਨੀ ਦੇਰ ਡਿਊਟੀ ਹੈ। ਮਜਲਿਸ 'ਚ ਬੋਲੋ ਤਾਂ ਵੀ ਇਬਾਦਤ ਹੈ, ਮਜਲਿਸ 'ਚ ਨਾ ਬੋਲੋ ਤਾਂ ਵੀ ਇਬਾਦਤ ਹੈ, ਮਜਲਿਸ 'ਚ ਬਹਿ ਕੇ ਫਕਤ ਸਾਹ ਗਿਨੋ ਤਾਂ ਵੀ ਇਬਾਦਤ ਹੈ। ਬਹਾਵਲਪੁਰ ਦੇ ਸ਼ਰੀਫ ਅਜ਼ਾਦਾਰ, ਮਜਲਿਸ 'ਚ ਬੋਲੋ ਜਾਂ ਨਾ ਬੋਲੋ ਤੁਹਾਡੀ ਮਰਜ਼ੀ ਹੈ, ਕਬਰ 'ਚ ਤਾਂ ਨਾਕਣਾ ਪੋਸੀ ਅਲੀ ਹੱਕ ਦਾ ਇਮਾਮ। ਕਬਰ ਇਸ਼ਤਨ ਆਖਣ ਪੋਸੀ ਅਲੀ ਹੱਕ ਦਾ ਇਮਾਮ ਹੈ। ਇਤਨਾ ਸਫ਼ਰ ਕਰਕੇ ਕੰਮ ਕਾਜ ਛੋੜ ਕੇ ਮਜਲਿਸ 'ਚ ਆਏ ਬੈਠੇ ਹੋ ਤੋ ਕਹਿ ਜ਼ਾਕਿਰ ਦੀ ਵਾਰੀ, ਇਹ ਜ਼ਰੂਰੀ ਨਹੀਂ ਮੇਰੀ ਵਾਰੀ, ਕਹਿ ਜ਼ਾਕਿਰ ਦੀ ਵਾਰੀ, ਤੁਹਾਡੀ ਅੱਖ ਔਰ ਤੁਹਾਡੀ ਜ਼ਬਾਨ 'ਤੇ ਮੋਹਰ ਲੱਗ ਸੀ ਜ਼ਰੂਰ, ਠੀਕ ਹੈ ਜੀ। ਇਤਨਾ ਸਫ਼ਰ ਕਰਕੇ ਆਇਓ, ਆਏ ਬੈਠੇ ਮਜਲਿਸ 'ਚ, ਕਹਿ ਦੀ ਵਾਰੀ ਤੁਹਾਡੀ ਅੱਖ ਔਰ ਜ਼ਬਾਨ 'ਤੇ ਮੋਹਰ ਲੱਗ ਸੀ ਜ਼ਰੂਰ, ਕਿਉਂਕਿ ਇਹ ਜ਼ਿਕਰ ਇਵੇਂ ਤਾਜ਼ਾ ਜਿਵੇਂ ਕੁਰਾਨ ਤਾਜ਼ਾ ਹੈ। ਮਿਲ ਕੇ ਸਾਰੇ ਹੈਦਰੀ ਹੱਕ ਵਾਲਿਆਂ ਦਾ ਮਿੰਬਰ ਏ ਅੱਲਾ, ਚਲੋ ਚੱਲਦਾ ਤਾਂ ਚੱਲ ਤਾਂ ਨਹੀਂ ਰਿਹਾ, ਚੱਲ ਤਾਂ ਨਹੀਂ ਰਿਹਾ ਬਾਈ, ਠੀਕ ਹੈ। ਸਦਕੇ ਠੀਕ ਹੈ, ਬਿਲਕੁਲ ਭਾਈ ਮੇਰੀ ਗੁਜ਼ਾਰਿਸ਼ ਸੁਣੋ, ਬਜ਼ੁਰਗਾਂ ਹੌਸਲਾ ਅਫਜ਼ਾਈ ਕੀਤੀ, ਮੌਲਾ ਇਹਨਾਂ ਦਾ ਸਹਿ ਸਲਾਮਤ ਰੱਖੇ। ਮਜਲਿਸ 'ਚ ਉਹ ਬੰਦਾ ਬੁਲੈਂਦਾ ਜੇ ਕਬਰ 'ਚ ਅਲੀ ਦਾ ਨਾਂ ਚਾਹੁਣਾ ਹੈ। ਬਹਾਵਲਪੁਰ ਆਇਓ, ਇਕੱਲਾ ਹੋ ਸੀ ਨਾ ਮਾਂ ਹੋ ਸੀ ਨਾ ਪੀਓ ਸੀ ਨਾ ਭੈਣ ਹੋ ਸੀ ਨਾ ਬਿਰਾ ਹੋ ਸੀ ਨਾ ਬੀਵੀ ਹੋ ਸੀ ਨਾ ਸ਼ੌਹਰ ਹੋ ਸੀ, ਜਨਾ ਹੋ ਸੇ ਇਕੱਲਾ
تے سوال کرے سن من ربو کا تے رب کون من نبیو کا تے نبی کون اگر پوچھن دے لے جے کوئی تلخیو سی شیاں دا پہلا ایمان قبر چا سی فرشتے دا موڈا ہلا کے اکسی بے وقت ضرور بے وارث سمجھے میں علی دا وارث تھوڑے السلام علیکم مل کے سارے حیدری آؤ جی سلوات پڑھو سارے مل کے اسے انتہائی واجب الاحترام بڑے بھائی کے ستار عہدے محتاج نہیں وہ عمران سا جی تو شریف کہنا ہے وہ مختصر کر رہی ہوں بھائی دید میرے والے پاس چاچا جی بیٹھ رہا سن تو میرے والے پاس ایک بندہ میرے مولا علی علیہ السلام دے کول آیا آخری گل فضائل دی اس کے مولا ہاں تیرے منع والا ہاں تا نوکر تے ہاں مکروز ڈیونا ہے قرضہ جہاں ڈیونا ہے وہ ہے تیرا دشمن تے روز تانے مرے دے تائیں امام اکو بنا ہے جڑا تے کو چار پیسے نہیں دے سکتا جنہاں دا مجلس والے پاس دین مولا علی علیہ السلام فرمائے میرے منع والا اگر یہ گال ہے تو اے سامنے پتھر پی آئی یہ پتھر کو چاہ تو یہ پتھر کو آخ یا علی مدد ٹھیک ہے جی ہوں پتھر چایا جڑے پیچھے بیٹھے ہو تھوڑی سونی چپ کی قسم ہے بہاولپور علی میں پتھر چایا پتھر تو دے کیا کس یا علی مدد ہائی پتھر تے بن سونا گیا علی دے نوکر وہ پتھر چایا بازار آیا اتھے ہی جملہ معرفت دے اگر سمجھے سو تو دعا کرے سو جتنی علی دے نوکر کو ضرورت ہائی اتنا کٹوایا بسم اللہ کرا مولا تو بے نیاز ہو کے جملہ آکھنا چاہنا اتنا کٹوایا ڈتس کردہ آ گیا مولا کہ ڈے گی دے کردہ کہ ڈے گی دے مولا علی علیہ السلام فرمائے کتنا لگ گئے مولا ادھ لگ گئے مولا فرمائے جڑا بچ گئی کہ ڈے گی تھی مولا ہوتا اتھائی سٹ آیا بندہ حاضر بیٹھے مولا او تو اتھائی سٹ آیا مولا فرمائے چھلا بندہ حاضر ہے بولے نہ تے اتنا سفر کر کے کیوں آیا چھلا بلا بھی مکروہ سی سکنا ہوئے بلا بھی کثرت لیا سکنا ہوئے مسکرا کے علی تو نوکر سجاد قدمہ دلا کر دے مولا زندگی دے وچ بلا مکروہ سی بھی کیوں چوکی دیر لگنی ہے آکھنا تو یا علی مدد ہی پوندا ہے مل کے حیدری بسم اللہ بسم اللہ کر آکھنا تا یا علی مدد ہی پوندا ہے جائے قبر اچ علی دا نام چاونے مجلس اچ وہ بندہ بولیندا سلمان محمدی جڑا ہی در تے آکے محمدی بنیا ادا دنیا تو انتقال ہوئے بیٹے کو وصیت کی تھی عبداللہ میرا جنازہ تو سنی پڑھاونا پتر حیران ہو کے دے بابا سنی پڑھاونا تو ہور کہ پڑھاونا بولی جے سمجھ آوی تا حسین دے ذاکر دا جملہ اے دیکھ کے پیا دے میرا او پڑھاوے جے محمد دا پڑھاوے مین کفن او پواوے بسم اللہ جائے محمد کو آیا ہوئے محمدی دا بیٹا جدا نام تاریخ علی لکھ دین عبداللہ آیا مولا علی دے کول سلام بات چبر میں میرا بھی سلام اسے کہ مولا میرا بابا ٹر گیا تو جنازہ پڑھاؤ ہوں ایویں ہے سلمان دی میت مولا میت دے پاس ویک کیا دے نا سلمان میرا سلام ہوئی میت چواز ہے مولا میرا بھی سلام ہوئی جنازہ پڑھی گیا تے قبر دی آ گئی پہلی رات موت حق ہے جی بولو سر زبان نہیں ہلا سکتے ایویں میں کرو بھائی ہر کہ مار منجنا کہہ نہیں راونا ہن پتر ہائی پریشان بھائی دنیا اوکھی آئی سوکھی آئی جیویں آئی میرا بابا گزار گیا تے اللہ جانے قبر اچ میرے بابے نال کی بنسی میں دا اٹھ کے بھی بولا تو جملے دا حق ادا نہیں ہوندا ایڈی سونی صدر پیا دا اللہ جانے قبر اچ میرے بابے نال کی بنسی مولا ایندے بیٹے جندا نام یا عبداللہ دوویں ہاتھ اوندے سر تے رکھ کے علی علیہ السلام فرمائے دکھا دیواں یا سنا دیواں بس ختم جی اس کیا جی سنا دیو تو بڑی گل ہے مولا کہ قبر دی مٹی نال کن لا مٹی نال کن لا ہن پتر لائے کن اندرو بھجن فرشتہ نے محمدی تے پہلا سوال کیتا من ربو کا تیڈا بولو یار جے تک جملہ نہ بولے سوئی تھائی کھڑا تیڈا رب کون ہے محمدی فرشتوں دے پاس ویکھ کے آ دے جڑا محمد رب ہے
ਉਹ ਮੈਂ ਡਰ ਆਪੇ ਉਹਨਾਂ ਕਿ ਮਨ ਨਬੀ ਹੋ ਕਾ ਤੇਰਾ ਨਬੀ ਕੌਣ ਹੈ ਮੁਹੰਮਦ ਹੀ ਆਖ ਜਿਹੜਾ ਤੁਹਾਡੇ ਦੋਵਾਂ ਦਾ ਨਬੀ ਹੈ ਬਸ ਬਹਾਵਲਪੁਰ ਵਾਲਿਓ ਇਹ ਯਾਦ ਰੱਖਣਾ ਹੈ ਜਿਹੜਾ ਸੁਣਦਾ ਪਿਆ ਉਹ ਪੁੱਤਰ ਹੈ ਜੈ ਸੁਣਵਾਏ ਉਹਦਾ ਨਾਮ ਹੈ ਅਲੀ ਉਹਨਾਂ ਕਿ ਮਨ ਇਮਾਮੋ ਕਾ ਤੇਰਾ ਇਮਾਮ ਕੌਣ ਹੈ ਮੁਹੰਮਦ ਦੀ ਕਬਰ ਚੁੱਟ ਕੇ ਆਦੇ ਜਿਹੜਾ ਮੇਰੇ ਪੁੱਤਰ ਕੋ ਮੇਰੀਆਂ ਗੱਲਾਂ ਪੇ ਸੁਣਦੇ ਉਹ ਮੇਰਾ ਮਿਲ ਕੇ ਸਾਰੇ ਖਤਮ ਕੁਰਾਨ ਹੈਦਰੀ ਜਿਹੜਾ ਮੇਰੇ ਪੁੱਤਰ ਕੋ ਮੇਰੀਆਂ ਗੱਲਾਂ ਪੇ ਸੁਣਦੇ ਉਹ ਮੇਰਾ ਇਮਾਮ ਹੈ ਇਹਨਾਂ ਨੂੰ ਸੋਚ ਨਹੀਂ ਇਹਨਾਂ ਨੂੰ ਮਨ ਮਿੰਬਰ ਹੁਸੈਨ ਹੈ ਹੁਸੈਨ ਦਾ ਵਾਕਿਆ ਤੇ ਮਹਿਮਾਨ ਆ ਬੈਣ ਬਿਰਾਦ ਤਾਜ਼ਾ ਦੁਬਾਰਾ ਮਿੰਬਰ ਤੇ ਹੱਥ ਰੱਖ ਕੇ ਪਿਆ ਤਾਂ ਕਬਰ ਹੁਸੈਨ ਹੈ ਇਹਨਾਂ ਨੂੰ ਸੋਚ ਨਹੀਂ ਇਹਨਾਂ ਨੂੰ ਮਨ ਜੈ ਮੰਨਾ ਹੈ ਉਹ ਸਲਮਾਨ ਬਣਿਆ ਜੈ ਸੋਚਾ ਉਹ ਸ਼ੈਤਾਨ ਬਣਿਆ ਜ਼ਿੰਦਾ ਉਹ ਸਲਾਮਤ ਰਹੋ ਇਹ ਨਗਰੀ ਕਿਆਮਤ ਤੱਕ ਬਾਦ ਰਹੇ ਅੱਲਾ ਮੇਰੇ ਭਾਈਆਂ ਦੀ ਮਿਹਨਤ ਕਬੂਲ ਫਰਮਾਵੇ ਬਹੁ ਸੋਹਣਾ ਪੁੱਤਰਾ ਹੀ ਹੁਸੈਨ ਦਾ ਅਲੀ ਅਕਬਰ ਬਸ ਇਹੋ ਕੁਝ ਹੀ ਪੜ੍ਹਨਾ ਹੋਈ ਤੁਹਾਡਾ ਪੰਧ ਹੀ ਕੋਈ ਨਹੀਂ ਕਹਿੰਦਾ ਇੱਕ ਕਿਲੋਮੀਟਰ ਹੈ ਕਹਿੰਦਾ ਦੂ ਹੈ ਅਤੇ ਹੱਦ ਕਹਿੰਦਾ ਪੰਜ ਹੋ ਸੀ ਮਜਲਿਸ ਵਿੱਚ ਕੋਈ ਉਹ ਮਹਿਮਾਨ ਹੈ ਜਿਹਨਾਂ ਸ਼ਾਮ ਮੰਜਣਾ ਅਤੇ ਬਹਿ ਜਾਣੋ ਵਾਹਵਾ ਸੁਣਨ ਵਾਸਤੇ ਨਹੀਂ ਕੋਈ ਤੁਹਾਡੀ ਹੈ ਸੁਣਨ ਵਾਸਤੇ ਆਉਂਦੇ ਜਿਹੜੀ ਆਉਂਦੀ ਸਾਰਿਆਂ ਤੋਂ ਪਹਿਲੇ ਹੈ ਵਹਿੰਦੀ ਸਾਰਿਆਂ ਤੋਂ ਬਾਅਦ ਹੈ ਮੈਂ ਕਿ ਸੋਹਣਾ ਪੁੱਤਰਾ ਹੀ ਹੁਸੈਨ ਦਾ ਅਲੀ ਅਕਬਰ ਬੇਬਸ ਬਜ਼ੁਰਗਾਂ ਦੀ ਹੈ ਨਿਕਲ ਆਈ ਹੈ ਕੁਝ ਜਵਾਨ ਵਿਰਾਵਾਂ ਹਸੀਨੇ ਤੇ ਵੀ ਮਾਰਾ ਹੈ ਜਿਹੜਾ ਬੰਦਾ ਸੁਚੈਂਦਾ ਪੀਏ ਜੋ ਕਿਹੜਾ ਸੋਹਣਾ ਹਾਈ ਆਹ ਤੇ ਕੁ ਦੱਸਾਵਾਂ ਕਹਿ ਕਹਿ ਜੁੰਮੇ ਹੁਸੈਨ ਦਾ ਬਚੜਾ ਮਦੀਨੇ ਦੇ ਬਾਜ਼ਾਰ ਵਿੱਚ ਗੁਜ਼ਰਿਆ ਇਹਨੂੰ ਗਾਹਕ ਦੁਕਾਨਦਾਰ ਦੇ ਹੱਥ 'ਤੇ ਪੈਸੇ ਰੱਖ ਕੇ ਆਖਿਆ ਫਲਾਂ ਚੀਜ਼ ਦੇ ਮੈਂ ਪਹਿਲੀ ਸਤਰ ਮਸਾਹਿਬ ਦੀ ਪੜ੍ਹਨੀ ਹੈ ਤਾਂ ਇਵੇਂ ਕਰਨੀ ਜਿਵੇਂ ਤੇਰੇ ਤੇਤਾ ਹੈ ਇਹਨੂੰ ਹੁਸੈਨ ਦਾ ਅਕਬਰ ਗੁਜ਼ਰਿਆ ਇਹ ਦੁਕਾਨਦਾਰ ਪੈਸੇ ਵਲਾ ਕੇ ਆਖਿਆ ਬਾਜ਼ਾਰ ਖੁੱਲ੍ਹਾ ਹੀ ਕਹਿ ਬਈ ਦੁਕਾਨ ਤੋਂ ਗਿਨੇ ਜਾ ਮੈਂ ਕੋਈ ਦੇਖਣ ਦੇ ਕੋਈ ਨਿਤ ਮਗਰਦਾ ਹੈ ਹੋ ਗਈ ਹੈ ਬਿਸਮਿਲ੍ਲਾ ਕਰਾਂ ਬਿਸਮਿਲ੍ਲਾ ਕਰਾਂ ਬਿਸਮਿਲ੍ਲਾ ਬਿਸਮਿਲ੍ਲਾ ਸਾਰੇ ਹਾਏ ਬੁਲੰਦ ਕਰੇ ਸੋ ਬਿਸਮਿਲ੍ਲਾ ਕਰਾਂ ਕਹਿ ਬਈ ਜਾ ਤੂੰ ਗਿਨੇ ਜਾ ਮੈਂ ਕੋਈ ਦੇਖਣ ਦੇ ਕੋਈ ਨਿਤ ਗੁਜ਼ਰਦਾ ਹੈ ਔਰ ਤੁਹਾਡੇ ਰੋਂਦੀ ਹੋਈ ਅੱਖੀਂ ਦੀ ਕਸਮ ਹੈ ਹੁਸੈਨ ਬਾਦਸ਼ਾਹ ਕਹਿ ਕੋ ਆਦਨ ਅਗਰ ਕੋਈ ਪੱਥਰ ਮਾਰੇ ਹਾ ਜਾਂ ਤੀਰ ਮਾਰੇ ਹਾ ਤਾਂ ਉਹਦਾ ਵਾਰ ਬੇਕਾਰ ਥੀ ਵੰਜੇ ਨਾ ਤਾਂ ਹੁਸੈਨ ਬਾਦਸ਼ਾਹ ਦੇ ਮੂੰਹ ਤੋਂ ਦੇਖ ਕੇ ਆਦਿਆਂ ਹਸਰਤ ਆਈ ਤਵਾਤ ਮਾਰ ਹੁਸੈਨ ਹਾਜ਼ਰ ਹੈ ਕਹਿਆ ਕਿ ਇਹ ਰਾਹ ਨਹੀਂ ਖਿਲਣਾ ਤਾਂ ਇਹ ਰਾਹ ਖਿਲਣਾ ਉਹ ਰਾਹ ਹੀ ਛੋੜਨੇ ਵਾਲਾ ਉਹ ਰਾਹ 'ਤੇ ਲਗਾ ਵੰਜਣਾ ਕਹਿ ਕੇ ਇਸ ਖੇਮੇ ਨਹੀਂ ਲਾਉਣੇ ਤਾਂ ਉਸ ਖੇਮੇ ਲਾਉਣੇ ਉੱਥੋਂ ਖੇਮੇ ਹੀ ਪੱਟ ਗਿਣਨੇ ਮੈਂ ਸਦਕੇ ਥੀ ਪਵਾਂ ਉਸ ਖੇਮੇ ਲਾ ਗਿਣਨੇ ਮੁਕੰਮਲ ਜ਼ਿੰਦਗੀ 'ਚ ਕਹਿ ਨੂੰ ਬਦ ਦੁਆ ਨਾ ਕਰਨ ਵਾਲਾ ਬਹਾਵਲਪੁਰ ਵਾਲੇ ਮੇਰੇ ਤੇ ਕਰੋ ਸਵਾਲ ਕਮਰ ਅਬਾਸ ਕਹਿ ਲੈ ਬਦ ਦੁਆ ਕੀਤੀ ਅਸ ਆ ਮੈਂ ਤੇ ਕੁਰ ਸਾਵਾਂ ਜਦੋਂ ਆਏ ਨਾ ਜਵਾਨ ਪੁੱਤਰ ਦੀ ਲਾਸ਼ ਤੇ ਡਿੱਠਸ ਪਰਛੀ ਵਾਲਾ ਜ਼ਖਮ ਰੋ ਕਿਆ ਦੇ ਉਮਰ ਇਬਨ ਸਾਦ ਤੇ ਨਹੀਂ ਮੈਂ ਮਰਨ ਜਿਵੇਂ ਤੈ ਮੇਰੇ ਦਾੜੀ ਲਾਨੇ ਕੋ ਮਾਰ ਮਰਹਬਾ 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 ਬਿਸਮਿਲ੍ਲਾਹ ਕਿਹੜੀ ਦਰਦਾ ਨਾਲ ਪਿਆਈ ਕਰਦੇ ਹੋ ਬਸ ਵਕਤ ਹੋਇਆ ਤਾਂ ਮਜ਼ਮੂਨ ਪੜਾ ਬਸ ਇੱਥੇ ਹੀ ਵਹਿਣ ਕਰ ਰਿਹਾ ਇਹੋ ਨਕਸ਼ਾ ਆਪਣੇ ਦੇਹ ਵਿੱਚ ਰੱਖੋ ਕਰਬਲਾ ਦਾ ਮੈਦਾਨ ਹੈ ਡਾ ਮੁਹਰਮ ਦਾ ਡੀਂ ਇੱਕ ਬੁੱਢੜਾ ਪਿਓ ਹੈ ਜਿਹੜਾ ਜਵਾਨ ਪੁੱਤਰ ਦੇ ਕਾਤਲਾਂ ਤੋਂ ਵਧਾ ਪੁੱਛਦਾ ਹੈ ਕਾਇ ਮੇਰਾ ਅਕਬਰ ਡਿੱਠਾ ਹੈ ਲਾਸ਼ ਬੁਲੈਂਦੇ ਟੁਰਾਏ ਬਜ਼ੁਰਗ ਜ਼ਾਕਰ ਪੜਦੇ ਹਨ ਬਜ਼ੁਰਗ ਬੈਠੇ ਹਨ ਇੱਕ ਫਕੀਰ ਹਾ ਜਾਂ ਅਮੀਰ ਆ ਜਿਹੜਾ ਸਾਰੇ ਚ ਕਾਸਾ ਵਧਾ ਮਰਿੰਦਾ ਆਧਾ ਵਧੇ ਹਾਏ ਜਵਾਨ ਹੈ ਜਵਾਨੀ ਰੋਵੋ ਨਹੀਂ ਮੇਰੇ ਨਾਲ ਇੱਕ ਦਫ਼ਾ ਆਖੋ ਸਾਰੇ ਕਿਹਾ ਕਸ ਹੈ ਜਵਾਨ ਹੈ ਜਵਾਨੀ ਮੈਂ ਤੁਹਾਡੇ ਰੋਵਣ ਵਾਲੀ ਅੱਖ ਦੀ ਕਸਮ ਹੈ ਮਾਤਮ ਵਾਲੇ ਹੱਥ ਦੀ ਕਸਮ ਹੈ ਕਬਰ ਹੈ ਹੁਸੈਨ ਦੇ ਹੱਥ ਰੱਖ ਕੇ ਪਿਆਦਾ ਇਹ ਫਕੀਰ ਨਹਾ ਇਹ ਹੱਕ ਖਿਜ਼ਰ ਨਬੀ ਮੈਂ ਅਦਾ ਅਕਬਰ ਦੀ ਮੌਤ 'ਤੇ ਨਬੀ ਫਕੀਰ ਥੀ ਗਿਆ ਤੇ ਪਿਓ ਦੀ ਕਿਵੇਂ ਨਹੀਂ ਪਿਓ ਸੀ ਮਰਹਬਾ ਮਰਹਬਾ ਮਰਹਰਾਸੀਆਂ ਬਾਈ ਬੜੀ ਸੋਹਣੀ ਹੈ ਫਿਕਰ ਦੇ ਬਸ ਇਥ ਅਮੀਰ ਹੈ ਇਥ ਫਕੀਰ ਹੈ ਆਪਣੀ ਉਂਗਲੀਆਂ 'ਤੇ ਕਿਉਂ ਬਕਾਇਆ ਤਰੇ ਜਾਂ ਚਾਰ ਲਫ਼ਜ਼ ਇੱਕ ਵਹਿਣ ਅਤੇ ਬਾਬਾ ਜੀ ਦੇ ਹਵਾਲੇ ਮੈਂਬਰ ਇਹ ਅਮੀਰ ਫਕੀਰ ਦੇ ਮੂੰਹ ਤੋਂ ਦੇਖ ਕੇ ਆਦੇ ਕੌਣ ਵੰਜਾਈ ਇਹ ਆਦੇ ਮੈਡਾ ਕੁਝ ਨਹੀਂ ਸੈਦ ਆਦੇ ਤੁਹਾਡਾ ਕੁਝ ਨਹੀਂ ਤੇ ਰੋਂਦਾ ਕਿਉਂ ਹੈ ਇਵੇਂ ਫਕੀਰ ਮਿੱਟੀ 'ਤੇ ਬਹਿ ਕੇ ਆਦੇ ਤੈਂ ਡਿੱਠਾ ਜੋ ਨਾਈ ਹੈ ਬਿਸਮਿਲ੍ਲਾ ਜਵਾਨ ਤੇ ਹਾਈ ਕਰਦੇ ਹਾਂ ਮੈਂ ਨਾ ਬਿਸਮਿਲ ਕਰਾਂ ਸੈਦ ਆਦੇ ਤੈਂ ਡਿੱਠਾ ਹਾਈ ਆਦੇ ਹਾਂ ਡਿੱਠਾ ਹਾਈ ਅਮੀਰਾਂ ਉਹ ਜੈਂਦਾ ਵੀ ਹਾਂ ਨਾ
ਉਹ ਸੋਹਣਾ ਬੋਵਾ ਸੈਦਾ ਤੇ ਮੇਰੇ ਨਾਲ ਆ ਹੀ ਕੁਮੈ ਵਾ ਗੁਲੇ ਨਾ ਨਿਸ਼ਾਨੀਆਂ ਮਿਲੇ ਨੇ ਹੈ ਸੈਦਾ ਤੇ ਪਹਿਲੀ ਨਿਸ਼ਾਨੀ ਦੱਸਾ ਅਦੇ ਅਮੀਰ ਆ ਜਿਹੜਾ ਮੈਂ ਜਵਾਨ ਡਿੱਠਾ ਹੈ ਨਾ ਉਹ ਸਮੰਦ ਘੋੜੇ ਦਾ ਸਵਾਰ ਆਈ ਬੁੱਢਣਾ ਪਿਓ ਬਹਾਵਲ ਪਰਾ ਲਿਆ ਤਲਾ ਮੂੰਹ ਕਰਕੇ ਆਦੇ ਮੈਂ ਰਕਾਬ ਨਪ ਕੇ ਚੜਾਇਆ ਆਦੇ ਅਗਲੀ ਨਿਸ਼ਾਨੀ ਗੁਲਾਬੀ ਪੱਗ ਹੈ ਜਿੰਨਾ ਸਮਝਿਆ ਉਹਨਾਂ ਹੈ ਕੀਤੀ ਸੈਦ ਆਦੇ ਮੈਂ ਤਾਂ ਸਫੈਦ ਵਧਾਈ ਆਈ ਆਦੇ ਅਗਲੀ ਤੁਹਾਡੀ ਲੁੱਟਦੀ ਹੈ ਕਸਮ ਹੈ ਅਗਲੀ ਨਿਸ਼ਾਨੀ ਆਦੇ ਅਗਲੀਆਂ ਨਿਸ਼ਾਨੀਆਂ ਡੂ ਹਨ ਸੋਹਣਾ ਵੀ ਹਾਈ ਚਿਹਰੇ ਤੇ ਬੁਰਕੇ ਵੀ ਹਨ ਸੈਦ ਆਦੇ ਗੱਲਾਂ ਦੋ ਨਾ ਕਰ ਜਾਂ ਆਖ ਸੋਹਣਾ ਹਾਈ ਜਾਂ ਆਖ ਚਿਹਰੇ ਤੇ ਬੁਰਕੇ ਹਨ ਅਰੇ ਦੋਵੇਂ ਗੱਲਾਂ ਠੀਕ ਹਨ ਸੈਦ ਆਦੇ ਉਹ ਕਿਵੇਂ ਆਦੇ ਜੰਗ ਕਰਨ ਦੇ ਮੇਰੇ ਕੋਲ ਗੁਜ਼ਰੇ ਮੈਂ ਉਹਦੇ ਹੱਥ 'ਤੇ ਨਿਗਾਹ ਕੀਤੀ ਹੈ ਮੈਂ ਆਖੇ ਅੱਲਾ ਜਿਹਦਾ ਹੱਥ ਏਡਾ ਸੋਹਣਾ ਹੈ ਵਾਪ ਕਿੱਡਾ ਸੋਹਣਾ ਸੀ ਕਿਤਨਾ ਮਾਧਮ ਕਰੇ ਤਾਂ ਜੁਮਲੇ ਦਾ ਹੱਕ ਦਾ ਹੁੰਦਾ ਹੈ ਮੈਂ ਉਹਦੇ ਘੋੜੇ ਦੇ ਕੋਲ ਆਇਆ ਮੈਂ ਆਖਿਆ ਮਦੀਨੇ ਵਾਲੇ ਮੁਹੰਮਦ ਵਾਸਾ ਹੀ ਮੂੰਹ ਤੋਂ ਨਕਾਬ ਹਟਾ ਮੂੰਹ ਤੋਂ ਨਕਾਬ ਹਟਾ ਕੇ ਦੇ ਤੂੰ ਰੱਜ ਰੱਜ ਦੇਖ ਹੀ ਦੇਖਣ ਵਾਲੀ ਮਦੀਨੇ ਰਹਿ ਗਏ ਮਰਹਬਾ ਪੁਰਸਾ ਕਬੂਲ ਹੋਏ ਜੀ ਜੀ ਨਾ ਕਰਾਂ ਬਿਸਮਿਲਾ ਬਸ ਵਹਿਣ ਕਰ ਰਹੀ ਹਾਂ ਬਿਸਮਿਲਾ ਕਰਾਂ ਇਹਦੇ ਦੇਖਣ ਵਾਲੀ ਆਦੇ ਅਗਲੀ ਨਿਸ਼ਾਨੀ ਬਿਸਮਿਲਾ ਕਰਾਂ ਕਿਹੜੀ ਸੋਹਣੀ ਹੈ ਕੀਤੀ ਨੇ ਮੌਲਾ ਦੀਆਂ ਦੇ ਪਰਦੇ ਸਲਾਮਤ ਰੱਖਣੇ ਆਦੇ ਅਗਲੀ ਨਿਸ਼ਾਨੀ ਬਾਅਦ ਵਿੱਚ ਜਿਹੜਾ ਜਵਾਨ ਮੈਂ ਡਿੱਠਾ ਹੈ ਨਾ ਉਹ ਤੈਂ ਵੀ ਡਿੱਠਾ ਹੈ ਬਸ ਇਹੋ ਲਫ਼ਜ਼ ਇਹਨੇ 'ਚ ਰੱਖੋ ਤੇ ਵੈਣ ਕਰਾਂ ਜਿਹੜੇ ਜਵਾਨ ਕੋ ਮੈਂ ਮਦਰ ਆਉਣਾ ਨਾ ਉਹ ਤੈਂ ਡਿੱਠਾ ਜ਼ਰੂਰ ਹੈ ਤੁਹਾਡਾ ਮਹਿਮਾਨ ਆ ਹੁਸੈਨ ਦਾ ਜ਼ਾਕਿਰ ਆ ਮੁਸਾਫਿਰ ਆ ਵੈਣ ਬਿਰਾਂ ਦਾ ਤਾਜ਼ਾ ਦਵਾਰ ਆ ਐਡਾ ਪਦ ਕਰਕੇ ਆਇਆ ਝੋਲੀ ਚਾਈ ਖਣਾ ਰਾਤ ਦਾ ਵੇਲੇ ਦੁਆ ਪੇ ਮੰਗਣਾ ਦੁਆ ਦੇ ਵਿੱਚ ਅਮੀਨ ਸਾਰੇ ਖਾਏ ਕੋਈ ਪਿਓ ਇਹ ਗੱਲ ਨਾ ਕਰੇ ਜਿਹੜੀ ਕਰਬਲਾ ਦੇ ਗਰੀਬ ਕੀਤੀ ਹੈ ਫਕੀਰ ਆਦੇ ਤੈਂ ਡਿੱਠਾ ਜ਼ਰੂਰ ਹੈ ਅਮੀਰ ਆਦੇ ਡਿੱਠਾ ਨਹੀਂ ਜੇ ਕੋ ਤੂੰ ਵਧਾ ਰੋਣਾ ਮੈਂ ਉਹਦਾ ਪਿਓ ਆ ਇਵੇਂ ਕੰਢ ਕਰਕੇ ਟੁਰੇ ਸੈਦ ਆਦੇ ਮੈਂ ਕੰਢ ਕਰਕੇ ਨਾ ਟੁਰ ਗੁਨਾਗਾਰ ਪਿਓਨ ਹੈ ਆਦੇ ਅਮੀਰ ਆ ਸਮਝ ਨਹੀਂ ਆਉਂਦੀ ਤੈਂ ਏਡਾ ਸੋਹਣਾ ਪੁੱਤਰ ਮਰਾਇਆ ਹੈ ਤੇ ਜਾਨ ਬਚਾਈਏ ਸੈਦ ਆਦੇ ਨਾਨੇ ਦਾ ਦੀਨ ਨਹੀਂ ਬਚਦਾ ਫਕੀਰ ਆਦੇ ਦੀਨ ਜੋ ਬਚੇ ਨੇ ਤੂੰ ਕੋਈ ਹੁਸੈਨ ਇਹ ਮਾਤਮ ਹੈ ਬਣਨੇ ਗਈ ਕਰਬਲਾ ਬਿਸਮਿਲਾ ਬਿਸਮਿਲਾ ਬਣ ਗਈ ਕਰਬਲਾ ਬਿਸਮਿਲਾ ਕਰਾਂ ਬਿਸਮਿਲਾ ਬਸ ਕਸਰਤ ਨਾਲ ਹਸੀਨੇ ਤੇ ਆ ਗਏ ਨਵੈਣ ਕਰ ਰਹੀਆਂ ਜਵਾਨ ਪੁੱਤਰ ਦੀ ਲਾਸ਼ ਤੈਨ ਫਕੀਰ ਆਦੇ ਬਸ ਇਹ ਮੈਂ ਮੰਨ ਗਿਆ ਤੁਹਾਡਾ ਪੁੱਤਰੇ ਸੈਦ ਆਦੇ ਉੱਥਾ ਨਾ ਮੈਂ ਮੰਨਦਾ ਹੁਣ ਕਿਉਂ ਮੰਨੇ ਆਦੇ ਤੂੰ ਮੇਰੇ ਨਾਲ ਗੱਲਾਂ ਕਰਦਾ ਹੈ ਤੇਰੀ ਦਾੜੀ ਕਾਲੀ ਆਈ ਤੂੰ ਮੇਰੇ ਕੋਲ ਨਿਸ਼ਾਨੀਆਂ ਪੁੱਛਦਾ ਹੈ ਤੇਰੀ ਦਾੜੀ ਕਾਲੀ ਆਈ ਜਵਾਨ ਪੁੱਤਰ ਦੀ ਲਾਸ਼ ਤੈਂ ਇਹ ਸਰ ਚਾ ਕੇ ਝੋਲੀ ਚ ਪਾ ਕੇ ਮੈਂ ਡਿੱਠਾਈ ਤੇਰੀ ਦਾੜੀ ਵੀ ਚਿੱਟੀ ਥੀ ਗਈ ਹੈ ਤੇਰੀ ਕਮਰ ਵੀ ਝੁਕ ਗਈ ਹੈ ਮੌਲਾ ਦਾ ਦਵਾਰਾਂ ਬਹਿਣ ਬਿਰਾਂ ਦਾ ਕਿਰਾਂ ਰਾਤ ਦਾ ਵੇਲੇ ਇਹ ਹੱਥ ਵਧੀ ਖੜਾ ਕੋਈ ਜਿੱਡਾ ਵੀ ਗਰੀਬ ਬੰਦਾ ਹੋਵੇ ਨਾ ਉਹ ਹੱਥ ਨਹੀਂ ਬੰਦਾ ਮੈਂ ਤੇਰੇ ਕੋਲ ਹੱਥ ਹੀ ਵਜਾ ਤੂੰ ਬੱਧੇ ਮੈਂ ਜੋ ਪਹਿਲੇ ਵਹਿਣ ਤੋਂ ਰੋਵਣ ਨਾ ਆਵੇ ਤਾਂ ਇਤਨੀ ਹੈ ਚੱਕਰੇ ਸੇ ਇਤਨੀ ਹੈ ਚੱਕਰੇ ਸੇ ਜੋ ਜਿਹੜੀ ਸ਼ਾਮ ਵਿੱਚ ਆਈ ਬੈਠੀ ਹੈ ਨਾ ਉਹ ਤੁਹਾਡੇ ਤੇ ਰਾਜ਼ੀ ਬੰਦੇ ਜਵਾਨ ਪੁੱਤਰ ਦੀ ਲਾਸ਼ ਤੈਨ ਸੈਦ ਦੇ ਅਕਬਰ ਹੱਥ ਆ ਅਦੇ ਬਾਬਾ ਤਲੇ ਜ਼ੁਲਮ ਬਰ ਅਸਮਾਨ ਲੁਕਾਈ ਪਿਆ ਸੈਦ ਮੈਂ ਕੁਝ ਦੱਸਾ ਤੇ ਸਹੀ ਇਵੇਂ ਪੁੱਤਰ ਹੱਥ ਆਏ ਤੇ ਪਿਓ ਡਿੱਠਾ ਜ਼ੁਲਮ ਬਰ ਅਸਮਾਨ ਸੈਦ ਦੇ ਜੈ ਤੈਨੂੰ ਮਾਰੇ ਆਉਂਦੀ ਆਪਣੀ ਔਲਾਦ ਕੋਈ ਨਾ ਹੀ ਆਦੇ ਬਾਬਾ ਹਾਸੀਆ ਕੋਈ ਨਾ ਤੁਹਾਡਾ ਸਬਰ ਰਹਿਦਾ ਵਾ ਤੋ ਹੌਲੇ ਹੌਲੇ ਆਂਦੇ ਲਾਲ ਜੁਲਦੇ ਆਂਦੇ ਹਾਂ ਬਾਬਾ ਜੁਲਦਾ ਤੇ ਜੁਲਣ ਤੋਂ ਪਹਿਲੇ ਮੈਂ ਮੰਗਦਾ ਸੈਦ ਦੇ ਮੰਗ ਰੋ ਲਈ ਅਕਬਰ ਦੇ ਬਾਬਾ ਮੈਂ ਮੰਗਾ ਤੇ ਮਦਨ ਰਾਸੀ ਵੇ ਪਿਓ ਮਿੱਟੀ ਤੇ ਬਹਿ ਗਿਆ ਦੇ ਕਦੇ ਸੁਣੋ ਵੀ ਜੋ ਮਰਦੇ ਵੇਲੇ ਜਵਾਨ ਪੁੱਤਰਾਂ ਦੇ ਬੁੱਢੜੇ ਪਿਓ ਨਰਾਸਿਓ ਤੂੰ ਮੈਂ ਡੱਲਾ ਦੇ ਦਾ ਮਹਿਮਾਨ ਏ ਜਿਹੜੀ ਚੀਜ਼ ਮੰਗੇ ਮੈਂ ਦੇਵਾਂ ਜਿਹੜੇ ਵੇਣਾ ਵਾਲੇ ਬਿਰਾ ਬੈਠੀ ਹੋ ਵਧੀ ਕੱਚੀ ਕਰਦੇ ਆ ਅਭੀ ਅੱਬਾ ਬੇ ਦੇ ਕਦਮਾਂ ਤੇ ਲਾਇਆ ਸ ਆਦੇ ਬਾਬਾ ਨਾਰਾਜ਼ ਨੱਥੀ ਵੇ ਤਵਾ ਤੁਵੇ ਕੋ ਨਿਕੜੀ ਫੇੜ ਮਿਲਾ ਸਯਾਦਾ ਦੇ ਮੇਰੇ ਜਿਗਰ ਚ ਦਰਦੇ ਸਰਦਾ ਪੁਰਸ ਸਾਰੇ ਪੜੋ ਯਾਰ ਆਦੇ ਬਾਬਾ ਮੈਂ ਕੋ ਨਿਕੜੀ ਫੇਣ ਮਿਲਾ ਸੈਦ ਆਦੇ ਦੇਖ ਮਦੀਨੇ ਆਂਦੇ ਬਾਬਾ ਵੇੜੇ ਖਾਲੀ ਹੈ ਜੰਦਰੇ ਡਿੱਤੇ ਹੋਣ ਮੇਰੀ ਭੈਣ ਕੋਈ ਲਈ ਸੈਦ ਆਦੇ ਨਾਨੇ ਦੇ ਰੋਲੇ ਦੇਖ ਮਤ ਨਾਨੇ ਕੋ ਮਿਲਣ ਗਈ ਹੋਵੇ ਆਦੇ ਨਾਨੇ ਦਾ ਰੋਲਾ ਵੀ ਖਾਲੀ ਹੈ ਮੇਰੀ ਭੈਣ ਕੋਈ ਲਈ ਹੈ ਸੈਦ ਆਦੇ ਉਡੇ ਦੇ ਜਿੱਦਾਂ ਟੁਰਦੇ ਵੇਲੇ ਪੈਰੇ ਲਾਏ
ਅਸੀਂ ਤੁਹਾਡੀ ਬਰਛੀ ਲੱਗੀ ਹੋਈ ਆਈ ਆ ਦੇ ਬਾਬਾ ਫੇੜ ਦੀ ਚਾਦਰ ਨਵਾਂ ਸਹੀ ਮੈਂ ਕੁਝ ਜ਼ਿੰਦਗੀ ਖਿਲਾ ਦੇ ਸਿਆਦਾ ਦੇ ਜ਼ਿੰਦਗੀ ਦੀ ਕਈ ਲੋੜੀਆਂ ਨੇ ਬਾਬਾ ਮੇਰੀ ਫੇੜ ਧੁੱਪ ਤੇ ਸੁੱਤੀ ਪਈ ਏ ਦੇ ਬਾਬਾ ਮੇਰੀ ਫੇੜ ਮਰਹਬਾ ਦੇ ਬਾਬਾ ਮੇਰੀ ਫੇੜ ਮਿੱਟੀ ਤੇ ਸੁੱਤੀ ਪਈ ਏ ਬਹਾਵਲਪੁਰਾ ਲਿਆ ਮੌਲਾ ਦਾ ਦਵਾਰਾ ਭੇੜ ਬਿਰਾ ਦਾ ਦਾਕਰਾ ਝੋਲੀ ਚਾ ਕੇ ਦੁਆ ਪਿਆ ਮੰਗਣਾ ਦੁਆ ਮੰਗੀ ਕਰੋ ਛਲ ਕਲੀਆਂ ਕਹਿ ਗੁਣ ਚਾਉਣੀਆਂ ਪੋਵੇ ਅਗਰ ਚਾਉਣੀਆਂ ਪੋਵੇ ਤਾਂ ਪਿਓ ਪੁੱਤਰ ਦੀ ਲਾਸ਼ ਨਾ ਜਾਵੇ ਆ ਬੁੜੜਾ ਪਿਓ ਏ ਜਵਾਨ ਪੁੱਤਰ ਸਜੇ ਮੋਢੇ ਤੇ ਸਾਰੇ ਆ ਹੁਸੈਨੀ ਕਦਮ ਜਾਵੇ ਆ ਵੱਲ ਬਜੜੇ ਦੀ ਦਾੜੀ ਜੂਵੇ ਆ ਕਿਉਂ ਏ ਗਾਲੀ ਕਰੇ ਨਾ ਜੁਲੂ ਆ ਮੇਰਾ ਦਾੜੀ ਲਾਂਦਾ ਬਜੜਾ ਅਦੇ ਬਾਬੇ ਕੁਰਾ ਨਿਕੇ ਨਾ ਜੁਲਿਆ ਮੇਰੀ ਦੀਦ ਮੁੱਕ ਗਈ ਆਈ ਆ ਜਿਹੜੇ ਘੜੀਆਂ ਜਵਾਨ ਬੈਠਿਓ ਜਵਾਨਾਂ ਨੂੰ ਤਕਲੀਫ ਹੋਵੇ ਦੱਪਿਓ ਕੁਝ ਦੱਸਦੇ ਆ ਮੇਰਾ ਮੌਲਾ ਹੁਸੈਨ ਰੋਂਦਾ ਦੇ ਆ ਅਕਬਰਾ ਦੇ ਬਾਬਾ ਤੂੰ ਨਾ ਰੋ ਮੈਨੂੰ ਖੈਰ ਆ ਸਤਵੇਂ ਕਦਮ ਤੇ ਪਿਓ ਦਾੜੀ ਚੁੰਮੀਏ ਤਾਂ ਸਰ ਮੋਢੇ ਤੂੰ ਲਾਂਦਾ ਪਿਆ ਅਜੇ ਤਾਂ ਡਿੱਠਾ ਜੋ ਨਹੀਂ ਬਚਦਾ ਪੁੱਤਰ ਕੋ ਮਿੱਟੀ ਤੇ ਸਮਾਇਸ ਸਰ ਤੂੰ ਮਾਮਾ ਲਹਾਇਸ ਰੋ ਕੇ ਆਦੇ ਜਿੰਨਾ ਮਿਲਣ ਹੈ ਅਕਬਰ ਹੁਣ ਜਲਦੀ ਲਵਾਨ ਲਵਾਨ ਉਹ ਜਿੰਨਾ ਮਿਲਣਾ ਮੇਰੇ ਓ ਅਕਬਰ ਹੁਣ ਜਲਦੀ ਜਲਦੀ ਆਵੋ ਰੋ ਕੇ ਆਦਾ ਹੁਣ ਨਹੀਂ ਬਚਦਾ ਜਿਹੜੇ ਮਾਤਮ ਕਰ ਸਕਦੇ ਹੋ ਇਮਾਮ ਦਾ ਹੁਕਮ ਆਈਆ ਟੁਰੀਆਂ ਤਾਂ ਸਾਰੀਆਂ ਬੀਬੀਆਂ ਨਾ ਅਸਗਰ ਦੀ ਮਾਂ ਟੁਰੀਏ ਆ ਪੀ ਗਏ ਚੁ ਪੁੱਤਰ ਕੋ ਜਾਇਆ ਸਾ ਅਕਬਰ ਦੇ ਸੀਨੇ ਤੇ ਸਮਾਇਆ ਸਾ ਰਬਾਬ ਰੁਨੀਏ ਰੋ ਕੇ ਆਦੀਏ ਤੇ ਫਲ ਬਰ ਛੀਰਾ ਅੱਜ ਮੁਲਪੋ